ਮੈਂ ਹਜ਼ਾਰ ਵਾਰੀ ਸਮਝਾ ਲਾਇਆ ਨਹੀਂ ਸੁਧਰ ਸਕਦਾ। ਮੈਨੂੰ ਕਿਹਾ ਥੋੜ੍ਹੀ ਜਿਹੀ ਪਿੰਨੀਆਂ ਕੁੱਟੀ ਤਾਂ ਥੱਲੋਂ ਪਤਾਵਾ ਕੱਢ ਲਿਆ ਮੇਰੇ ਬੂਟ ਦਾ। ਓਏ ਕੀ ਕਰਾਂ ਤੇਰੇ ਤੇ, ਮੈਂ ਜ਼ਿੰਦਗੀ 'ਚ ਵਿਸ਼ਵਾਸ ਕਰਾਂ ਵੀ ਨਾ ਕਿ ਨਾ ਕਰਾਂ, ਮਰਜ਼ੀ ਹੈ ਤੁਹਾਡੀ। ਤੂੰ ਕਦੇ ਵੀ ਨਹੀਂ ਮੇਰੇ ਵਿਸ਼ਵਾਸ ਦੇ ਕਾਬਿਲ ਬਣਨਾ। ਨਾ ਮੈਂ ਬਹੁਤ ਵਿਸ਼ਵਾਸ ਕਰਨਾ ਜੀ। ਅੱਛਾ ਜੀ, ਫੋਨ ਚੱਕ ਫਿਰ। ਹੈਲੋ ਹੈਲੋ, ਹਾਂਜੀ ਉਹ ਜੁਣਾ ਬੋਲਦਾ ਜੀ। ਨਹੀਂ ਨਹੀਂ ਜੀ, ਪਾਲੀ ਗੱਲ ਕਰ ਰਹੇ ਜੀ, ਇੰਸਪੈਕਟਰ ਪਾਲੀ ਸਰ। ਆਪਣਾ ਟੀਵੀ ਦਾ ਵੋਲਿਊਮ ਘੱਟ ਰੱਖਿਓ ਥੋੜਾ ਜਿਹਾ। ਸਰ ਜੀ, ਸਰ ਜੀ, ਟੀਵੀ ਦਾ ਵੋਲਿਊਮ ਆਪਾਂ ਬੰਦ ਕਰਤਾ ਜੀ ਪਾਲੀ ਸਾਹਿਬ। ਪਰ ਸਰ ਇੰਨਾ ਟਾਈਮ ਤੇ ਲੱਗਦਾ ਨਹੀਂ ਆਵਾਜ਼ ਪਹੁੰਚਣ ਚ, ਜਿੱਦਾਂ ਲੰਬਾ ਤੁਸੀਂ ਪੌਜ਼ ਲਿਆ। ਟੀਵੀ ਵਾਲ ਨਾਲ ਸੁਣੋ, ਤੁਸੀਂ ਸਿੱਧਾ ਡਾਇਰੈਕਟ ਫੋਨ ਟੂ ਫੋਨ ਗੱਲ ਕਰੋ ਸਾਡੇ ਨਾਲ। ਅੱਛਾ ਅੱਛਾ ਜੀ, ਹੋਰ ਜੂਣਾ ਦੂਣਾ ਕਿਦਾਂ ਅੱਜ ਬਾਹਰ ਕੱਢਤਾ, ਇਹਨੂੰ ਅੰਦਰ ਕਰੋ ਮਾੜਾ ਜਿਹਾ। ਮਾੜਾ ਜਿਹਾ ਅੰਦਰ ਕਰਨ ਨੂੰ ਕੀ ਕਿਉਂ ਫਾਇਦਾ ਹੀ ਕੋਈ ਨਹੀਂ, ਕਿਉਂਕਿ ਆਪ ਮਾੜਾ ਜਿਹਾ ਜੇ ਮਾੜਾ ਕੀਤਾ ਨੇ ਸਾਰਾ ਹੋ ਜਾਣਾ। ਆ ਤੁਹਾਡੀ ਜਿਹੜੀ ਲੱਗ ਗਈ ਨਾ ਲਵ ਯੂ, ਉਹਦੇ ਚਮਕੇ ਬਹੁਤ ਵਧੀਆ ਲੱਗ। ਅੱਛਾ ਤੁਸੀਂ ਪਾ ਲਓ ਮਹਾਰਾਜ, ਇਹ ਚ ਕਿਹੜੀ ਗੱਲ ਆ, ਸਾਡਾ ਅਸੀਂ ਦਰਸ਼ਕਾਂ ਨੂੰ ਜੋ ਸਾਡੇ ਦਰਸ਼ਕ ਕਹਿਣਗੇ ਅਸੀਂ ਦੇ ਸਕਦੇ ਉਹਨਾਂ ਨੂੰ। ਬੇਟਾ ਇਹਨਾਂ ਨੂੰ ਚਮਕੇ ਦੇ ਦੇ, ਇਹਨਾਂ ਨੂੰ ਪਾਣੇ। ਠੀਕ ਹੈ ਸਰ। ਹਾਂਜੀ 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 ਹਾਂਜੀ, ਇਹਨੂੰ ਕਹ ਬੋਲੀ ਬਾਲੀ ਸੁਣਾ ਦਿਆ ਕਰੇ ਲੱਗ ਕਿਹੜੀ ਬੋਲੀ ਹੋਈ। ਬੋਲੀ ਇਹਨੇ ਥੋੜੀ ਦੇਰ ਪਹਿਲੇ ਸੁਣਾਈ ਸੀ, ਬਾਲੀ ਇਹ ਸੁਣਾਏਗੀ ਮੇਰੇ ਖਿਆਲ ਨਾਲ 2021 'ਚ। ਬੋਲੀ ਤੇ ਸੁਣਾਤੀ, ਬਾਲੀ ਸੁਣਾਏਗੀ। ਕੀ ਸੁਣਾਊਗੀ ਬਾਲੀ? ਹਾਂਜੀ ਪਰਾਂਦਾ ਵੀ ਬਹੁਤ ਸੋਹਣਾ ਆਇਆ ਇਹਦਾ। ਹਾਂ ਚਲੋ ਜੀ, ਥੈਂਕ ਯੂ, ਥੈਂਕ ਯੂ ਸੋ ਮਚ ਸਰ। ਕੀ ਨਾਂ ਕੀ ਤੁਹਾਡਾ? ਮੇਰਾ ਨਾਂ ਸਿਮਾ ਆ, ਮੈਂ ਨਿਊਜ਼ੀਲੈਂਡ ਤੋਂ ਆਇਆ ਜੀ ਇੱਥੇ। ਮੈਂ ਤੁਹਾਡਾ ਪ੍ਰੋਗਰਾਮ ਦੇਖਦੇ ਨੂੰ 2 ਵੀਕਾਂ ਹੋ ਗਈਆਂ, ਮੈਨੂੰ ਬਹੁਤ ਵਧੀਆ ਲੱਗਾ। ਅੱਛਾ, ਮੈਨੂੰ ਲੱਗਾ ਸ਼ਾਇਦ ਨਿਊਜ਼ੀਲੈਂਡ ਤੋਂ ਸਪੈਸ਼ਲ ਉੱਥੇ ਪ੍ਰੋਗਰਾਮ ਦੇਖਣ ਹੀ ਚੱਲ ਗਏ। ਨਾ 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 ਨਾ, ਮੈਂ ਇੰਗਲੈਂਡ ਘੁੰਮਣ ਆਇਆ ਜੀ ਇੱਥੇ ਹੀ। ਮੈਂ ਕਿਹਾ ਤੁਹਾਡਾ ਪ੍ਰੋਗਰਾਮ ਦੇਖਦੇ, ਇੱਥੇ ਸਾਰੇ ਆਪਣੀ ਫੈਮਿਲੀ ਦੇਖਦੀ, ਵਧੀਆ ਬਹਿ ਕੇ ਦੇਖਦੀ ਆ। ਬਾਹਰ ਬਾਹਰ ਘੁੰਮਣ ਜਾਣਗੇ। ਮੈਂ ਕਿਹਾ ਕਾਲ ਕਰਕੇ ਤੁਹਾਡੇ ਨਾਲ ਗੱਲ ਕਰਾਂ। ਬਹੁਤ ਬਹੁਤ ਮਿਹਰਬਾਨੀ ਸਾਮੀ ਸਾਹਿਬ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਔਰ ਤੁਸੀਂ ਵਕਤ ਕੱਢ ਕੇ ਸਾਨੂੰ ਫੋਨ ਕੀਤਾ, ਐਪਰੀਸ਼ੀਏਟ ਕੀਤਾ, ਧੰਨਵਾਦ ਉਹਦੇ ਲਈ, ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਰਫਾਰਮੈਂਸ ਸਾਰਾ ਵਧੀਆ, ਰੱਬ ਤੁਹਾਨੂੰ ਗਾਹ ਅੱਗੇ ਤਰੱਕੀਆਂ ਬਖਸ਼ੇ ਜੀ, ਬਹੁਤ ਵਧੀਆ ਤੁਸੀਂ ਕਰਦੇ ਆ। ਥੈਂਕ ਯੂ, ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ ਸੋ ਮਚ। ਹਾਂ ਕੀ ਕਹਿ ਰਹੀ? ਹਾਂਜੀ ਸਰ ਬੋਲੀ, ਸੁਣਾਓ ਫਿਰ, ਸੁਣਾਓ ਸੁਣਾਓ। ਬਾਰੀ ਬਰਸੀ ਕੱਢਣ ਗਿਆ ਸੀ, ਬਾਰੀ ਬਰਸੀ ਕੱਢਣ ਗਿਆ ਸੀ, ਸਿਰ ਇਸ ਵਾਰੀ ਗਿਆ ਸੀ ਕੋਈ ਹੋਰ, ਕੋਈ ਫਰੈਂਡ ਹੋਣਾ ਤੇਰਾ? ਹਾਂਜੀ ਸਰ। ਮੈਂ ਕੁਝ ਵੀ ਨਹੀਂ ਕਿਹਾ, ਤੂੰ ਆਪ ਹੀ, ਤੈਨੂੰ ਲੱਗਾ ਤੂੰ ਗਲਤੀ ਕਰਤੀ, ਆਪ ਹੀ ਤੂੰ ਹਾਈਲਾਈਟ। ਚਲੋ ਹਾਂਜੀ ਸਰ, ਬਾਰੀ ਬਰਸੀ ਕੱਢਣ ਗਿਆ ਸੀ, ਬਾਰੀ ਬਰਸੀ ਕੱਢਣ ਗਿਆ ਸੀ, ਜਦੋਂ ਕੱਢਣ ਗਿਆ ਨਾ ਜਿਹੜਾ ਸਰ, ਉਹ ਮੈਨੂੰ ਪਤਾ ਨਹੀਂ ਉਹ ਕੌਣ ਆ। ਤੇ ਜੇ ਪਤਾ ਨਹੀਂ ਸੀ ਤੁਹਾਨੂੰ ਭੇਜ ਕਿੱਦਾਂ ਦਿੱਤਾ ਤੂੰ ਖੱਟਣ? ਪਤਾ ਨਹੀਂ ਕੀਤਾ ਨਾ, ਮੈਂ ਨਹੀਂ ਲੱਗਾ ਪਤਾ। ਜਦੋਂ ਖੱਟਣ ਸਭ ਤੋਂ ਪਹਿਲਾਂ ਤੂੰ ਹੀ ਜਾਣੀ ਹੁੰਦੀ ਆ, ਹੁਣ ਇੱਕ ਬੰਦਾ ਵੀ ਭੇਜਿਆ ਖੱਟਣ, ਉਹਦਾ ਤੈਨੂੰ ਪਤਾ ਵੀ ਨਹੀਂ ਕੌਣ ਆ, ਫਿਰ ਤੈਨੂੰ ਵਿਸ਼ਵਾਸ ਕਰ ਲਿਆ ਤੂੰ? ਆਪਾਂ ਸਰ ਕੀ ਲੈਣਾ ਬੰਦੇ ਤੋਂ, ਆਪਾਂ ਭੋਲੀ ਭੋਣੀ ਮਿਹਨਤ ਗੱਲ। ਹਾਂਜੀ ਸਰ, ਬਾਰੀ ਬਰਸੀ ਕੱਢਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਜਿਹੜਾ ਖੱਟਣ ਗਿਆ ਉਹਦਾ ਪਤਾ ਨਹੀਂ ਕੌਣ ਆ। ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਸੋਹਣੇ ਆ, ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਸੋਹਣੇ ਆ, ਮੇਰੇ ਤੋਂ ਜ਼ਰੂਰੀ ਤੇਰਾ ਕੌਣ ਵੇ ਸੋਹਣੇ ਆ, ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਸੋਹਣੇ ਆ, ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਸੋਹਣੇ ਆ। ਤੈਨੂੰ ਪਹਿਲੇ ਚਾਹ ਚੜ ਜਾਂਦਾ ਤੁਹਾਨੂੰ ਇਹਦੇ, ਮੇਰਾ ਹਜੇ ਵਾਰਮ ਅਪ ਹੀ ਹੋਇਆ ਤੇ ਤੂੰ ਪਹਿਲੇ ਇੱਥੇ ਚੌਥਾ ਕਾਲਾ ਚੁੱਕ ਲਿਆ। ਮੈਨੂੰ ਨੱਚਣ ਤੇ ਦਿਆ ਕਰ, ਥੋੜਾ ਇੰਜੋਏ ਤਾਂ ਕਰਨ ਦਿਆ ਕਰ, ਚੱਲ ਬਜਾਏ ਇੱਕ ਵਾਰੀ ਦਾਸ ਦੇਖਣਾ ਮੈਂ। ਹਾਂਜੀ ਸਰ, ਚੱਲ ਹੁਣ ਤੂੰ ਨੱਚ। ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣਿਆ, ਕਿੱਥੇ ਤੂੰ ਮਲਾਈ ਬੈਠਾ। ਐ ਨਹੀਂ ਲੱਗਦਾ ਕਿਸੇ ਚੜੇਲ ਨੂੰ ਨਾਲੀ ਚ ਕੋਈ ਚੀਜ਼ ਲੱਭੀ ਹੁੰਦੀ ਸਾਬਤੀ, ਤੇ ਸ਼ਦੈਣ ਹੋਈ ਹੁੰਦੀ। ਭਾਈ ਚੱਲ, ਮੈਨੂੰ ਮੱਲੇ ਦਾ ਬਾਂਦਰ ਚਿੱਤੇ ਆ ਗਿਆ। ਹੈ ਦੁਬਾਰਾ ਨੱਚੀ ਓਏ, ਕਰਨੀ ਬੇਇੱਜ਼ਤੀ ਹੈ ਜੀ। ਤੇ ਬੇਟਾ ਫਿਰ ਤੂੰ ਇੱਜ਼ਤ ਭਾਲਦਾ ਹੀ ਕਿਉਂ ਪਿਆ? ਐਕਸਪੈਕਟ ਵੀ ਕਿਉਂ ਕਰ ਰਿਹਾ ਕਿ ਤੈਨੂੰ ਇੱਜ਼ਤ ਮਿਲੇ? ਬੱਚਾ ਬਜਾ, ਨਹੀਂ ਛੱਡੋ ਜੀ। ਮੈਂ ਤੇਰੇ ਫਿਰ ਤੇ ਮੈਂ ਆਪਣੇ ਹਿਸਾਬ ਨਾਲ ਨਚਾਣਾ ਹੀ। ਚਲੋ ਪਾ ਦਿਓ ਜੀ, ਚੱਲ। ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣੇ ਆ, ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣੇ ਆ, ਮੇਰੇ ਤੋਂ ਵੱਡਾ ਪਤੀਲਾ ਲੈ ਕੇ ਨਾ। ਹਾਂਜੀ ਸਰ, ਉਹ ਚ ਦਹੀਂ ਪਾ ਦਿਓ। ਹਾਂਜੀ ਸਰ, ਇਹਨੂੰ ਵਿੱਚ ਛੱਡ ਕੇ ਤੇ ਇਹੀ ਗਾਣਾ ਗਾਓ, ਨਾਲ ਲੱਸੀ ਬਣਾਤੀ ਨਹੀਂ ਜੋ ਮਰਜ਼ੀ ਕਹੀਓ, ਚੁੱਕ ਬਈ। ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣੇ ਆ, ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣੇ ਆ, ਮੇਰੇ ਤੋਂ ਜ਼ਰੂਰੀ ਤੇਰਾ ਕੌਣ ਵੇ ਜਾਣੇ ਆ, ਕਿੱਥੇ ਤੂੰ ਮਲਾਈ ਬੈਠਾ ਤੇ ਮਰ ਜਾਣਾ ਹੁਣ ਜਸ ਹਿੰਦੀ ਹੋ ਗਿਆ। ਚੱਲ ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣੇ ਆ, ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣੇ ਆ, ਲੋਕਾਂ ਕੁਛ ਪੇੜਾ ਖਾਣੀਆਂ ਮੈਂ, ਕਿੱਥੇ ਤੂੰ ਮਲਾਈ ਬੈਠਾ ਫੋਨ ਵੇ ਜਾਣੇ।
ਕਿੱਤੇ ਤੋਂ ਚੱਲ ਨੱਚ ਮਾਰ ਦੇ ਹੁਣ ਗਾਣਾ ਜੀ ਪੁੱਤ ਮੈਨੂੰ ਲੱਗਦਾ ਉਹ ਗਾਣਾ ਮੁੱਕਣ ਤੋਂ ਪਹਿਲਾਂ ਤੂੰ ਮੁੱਕ ਜਾਣਾ ਮੇਰੇ ਕੋਲੋਂ ਤੈਨੂੰ ਕੀ ਪ੍ਰੋਬਲਮ ਹੈ ਇੱਥੇ ਫ੍ਰੀ ਦੀ ਰੋਟੀ ਖਾਣਾ ਨਾ ਮੈਡਮ ਥੱਕਦੀ ਵੀ ਨਹੀਂ ਜੀ ਨਹੀਂ ਥੱਕਦੀ ਪੁੱਤਰ ਤੈਨੂੰ ਨਹੀਂ ਪਤਾ ਸੀਮਿੰਟ ਖਾਂਦੀ ਅਗਲੀ ਤੇ ਜਿੰਨਾ ਕੁ ਤੈਨੂੰ ਕਹਿਣਾ ਉਹਨਾ ਕਰਿਆ ਕਰ ਚੁੱਪ ਕਰਕੇ ਬਕਵਾਸ ਕੀਤੀ ਅੱਗੋਂ ਅੱਛਾ ਨੱਚ ਰਿਹਾ ਸੀ ਲੋਕ ਇੰਜੋਏ ਕਰ ਰਹੇ ਤੈਨੂੰ ਕੋਈ ਪ੍ਰੋਬਲਮ ਆ ਪੈਸੇ ਤਾਂ ਵਾਰੋ ਫਿਰ ਉੱਪਰ ਵਾਹ ਵਾਹ ਪੁੱਤਰ ਮੈਂ ਤੈਨੂੰ ਵਾਰ ਕੇ ਸੁੱਟ ਦੇਣਾ ਚੈੱਕ 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 ਰਿਲੈਕਸ ਮੋਮ ਵਿਦ ਬਾਡੀ ਆਫ ਦਾ ਭੂਤਨਾਥ ਰਿਲੈਕਸ ਦੈਟ ਵਿਦ ਬਾਡੀ ਆਫ ਦਾ ਭੂਤਨਾਥ ਰਿਲੈਕਸ ਪੈਨ ਵਿਦ ਬਾਡੀ ਆਫ ਦਾ ਭੂਤਨਾਥ ਰਿਲੈਕਸ ਚਾਚਾ ਵਿਦ ਬਾਡੀ ਆਫ ਦਾ ਭੂਤਨਾਥ ਆ ਜਾ ਸਾਰੇ ਨੱਚਿਓ ਓਏ ਤੂੰ ਕੀ ਇੱਥੇ ਸਾਰੇ ਟੱਬਰ ਦਾ ਰਾਸ਼ਨ ਕਾਰਡ ਬਣਾਉਣਾ ਹੈ ਪਾਰਟੀ ਵਿੱਚ ਚਾਚਾ ਨਾਚ ਪਾਰਟੀ ਵਿੱਚ ਉਹਦਾ ਕਾਂਸ ਕੀ ਕੌਣ ਹੈ ਇੱਕ ਮਿੰਟ ਖੁਰਕਣਾ ਬਾਹਰ ਜਾ ਖੁਰਕ ਇੱਕ ਮਿੰਟ ਅੱਛਾ ਆ ਫੜਿਓ ਇਹ ਕੀ ਸਿਮ ਕਾਰਡ ਇਹ ਕਿਦਾਂ ਰਾਸ਼ਨ ਕਾਰਡ ਹੈ ਨਹੀਂ ਸਿਮ ਕਾਰਡ ਹੈਗਾ ਤੇ ਤੂੰ ਸਿਮ ਕਾਰਡ ਤੇ ਚੱਲਣਾ ਨਹੀਂ 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 ਮੈਂ ਤਾਂ ਜੀ ਡੀਜੇ ਤੇ ਚੱਲਦਾ ਆ ਜਬਤ ਕਰ ਪੁੱਤਰ ਅੱਛਾ ਹਾਂ ਕੀ ਤੇ ਚੱਲਣਾ ਡੀਜੇ ਤੇ ਮੈਨੂੰ ਲੱਗਾ ਡੀਜ਼ਲ ਤੇ ਚੱਲਦਾ ਅੱਛਾ ਡੀਜੇ ਤੇ ਚੱਲਣਾ ਤੁਸੀਂ ਮੈਨੂੰ ਪਛਾਣਿਆ ਨਹੀਂ ਹਜ਼ੂਰ ਕਿਉਂ ਤੁਸੀਂ ਟਰੱਕ ਥੱਲੇ ਆਈ ਲਾਸ਼ ਹੋ ਤੁਸੀਂ ਪਛਾਣ ਚ ਨਹੀਂ ਆਂਡੇ ਸਾਨੂੰ ਕਿਹਦਾ ਕੰਮ ਵੈਸੇ ਵੀ ਟੁੱਟੇ ਖਜੂਰ ਵਰਗਾ ਤੁਹਾਡਾ ਚਲ ਛੱਡ ਪਰੇ ਦੇਖ ਲਓ ਤੁਸੀਂ ਪ੍ਰੋਗਰਾਮ ਤੇ ਸਿਰਫ ਪੌਣੇ ਕੁ ਘੰਟੇ ਦਾ ਹੀ ਹੈ ਉਸ ਤੋਂ ਬਾਅਦ ਤਾਂ ਸਿੱਧਾ ਫੇਸ ਟੂ ਫੇਸ ਹੀ ਹੈ ਫਿਰ ਗੱਲ ਤੁਸੀਂ ਮੈਨੂੰ ਪਛਾਣਿਆ ਨਹੀਂ ਮੈਂ ਸੈਲੀਬ੍ਰਿਟੀ ਆ ਕੌਣ ਸੈਲੀਬ੍ਰਿਟੀ ਬ੍ਰਿਟੀ ਲੱਗਦਾ ਸਰ ਪੁੱਤਰ ਤੂੰ ਕੋਈ ਹੋਰ ਵੈਰਾਈਟੀ ਲੱਗਣਾ ਬ੍ਰਿਟੀ ਬ੍ਰੂਟੀ ਦਾ ਨਹੀਂ ਮੈਨੂੰ ਪਤਾ ਕੋਈ ਇਦਾਂ ਦੀ ਕੋਈ ਵੈਰਾਈਟੀ ਆ ਗਈ ਹੈ ਤੇਰੇ ਨਾਲ ਗੱਲ ਕਰਦਾ ਮੈਂ ਖਲੋ ਜਾ ਇੱਕ ਮਿੰਟ ਹਾਂਜੀ ਬਈ ਹੁਣ ਤੁਸੀਂ ਦੱਸੋ ਜੀ ਕੌਣ ਹੋ ਤੁਸੀਂ ਬਹੁਤ